ਜੇ ਤੁਹਾਡਾ ਇੱਕ ਜਨਰੇਟਰ ਭਾਜੀ ਖਰਾਬ ਹੋ ਗਿਆ ਤੁਹਾਨੂੰ ਬੈਕਅਪ ਨਹੀਂ ਚਾਹੀਦਾ? ਕਿਹੜਾ ਪੈਲਸ ਹੈ ਤੁਹਾਡਾ? ਇਹ ਗੋਲਡਨ ਪੈਲਸ ਹੈ ਜੀ। ਇਹਨੇ ਕਿਹਾ ਕਿ ਇੱਕ ਨੰਬਰ ਕਮਰੇ ਦਾ ਏਸੀ ਨਹੀਂ ਚੱਲ ਰਿਹਾ ਸਰ। ਇੱਕ ਮਿੰਟ, ਯੈਸ ਮੈਂ ਇਹਨਾਂ ਦੇ ਓਨਲੀ 1 ਮਿੰਟ ਪਲੀਜ਼ ਰਿਕੁਐਸਟ। ਇਹਨਾਂ ਦਾ ਕਹਿਣਾ ਆ ਕਿ ਅਸੀਂ ਏਸੀ ਵਿੱਚ ਕੀਤਾ ਸੀ, ਸਾਰਾ ਕੁਝ ਕੀਤਾ ਸੀ, ਲੇਕਿਨ ਏਸੀ ਦਾ ਚਲੋ ਕਿਸੇ ਕਾਰਨਾਂ ਕਰਕੇ ਖਰਾਬ ਹੋ ਗਿਆ। ਇਹਨਾਂ ਨੇ ਕਿਹਾ ਕਿ ਸਾਨੂੰ ਉਹਦਾ ਗੁੱਸਾ ਕੋਈ ਨਹੀਂ, ਉਹ ਕੁਛ ਵੀ ਹੋ ਸਕਦਾ, ਪਰ ਜਦੋਂ ਇਹ ਤੁਹਾਡੇ ਨਾਲ ਇਹਨੇ ਗੱਲ ਕੀਤੀ ਤਾਂ ਤੁਸੀਂ ਇਹਨਾਂ ਨਾਲ ਮਿਸਬਿਹੇਵ ਕੀਤਾ, ਇਸ ਗੱਲ ਦਾ ਇਹਨਾਂ ਨੂੰ ਗੁੱਸਾ ਕੀ ਕਹਿਣਾ ਚਾਹੂੰਗਾ? ਮੈਂ ਇਹਨਾਂ ਨਾਲ ਕੋਈ ਮਿਸਬਿਹੇਵ ਨਹੀਂ ਕੀਤਾ, ਉਹਦੇ ਬੰਦੇ ਵੀ ਸਾਰੇ ਸੀ ਜਿਨ੍ਹਾਂ ਮੁਹਰੇ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ। ਇੱਧਰ ਆ, ਇੱਧਰ ਤੈਨੂੰ ਮੈਂ ਦੱਸੂੰਗਾ। ਮੈਂ ਜਨਰੇਟਰ ਵਾਲੇ ਨੂੰ ਫੋਨ ਕਰ ਰਿਹਾ ਸੀ, ਸਾਡਾ ਜਨਰੇਟਰ ਫਟ ਗਿਆ, ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਸਾਡਾ ਜਨਰੇਟਰ ਫਟਿਆ ਹੋਇਆ। ਤੁਸੀਂ ਜਿਹੜੇ ਮੁੰਡੇ ਨੂੰ ਮੈਂ ਜਿੰਨੇ ਵਜੇ ਫੋਨ ਕੀਤਾ ਉਹ ਵੀ ਇਹਦੇ ਵਿੱਚ ਆ, ਕਾਲ ਡਿਟੇਲ ਤੁਸੀਂ ਉਹਨੂੰ ਕੱਢ ਕੇ ਦੇਖ ਲਓ। ਇੱਧਰ ਸਰ ਕੈਮਰੇ ਵਾਲਾ, ਤੁਸੀਂ ਇੱਧਰ ਕੱਢ ਕੇ ਦੇਖ ਲਓ ਕਿ ਉਹਨੂੰ ਫੋਨ ਕੀਤਾ ਕਿ ਤਾਰੀ ਤੂੰ ਜਲਦੀ ਤੋਂ ਜਲਦੀ ਘਰ ਤੱਕ ਜਨਰੇਟਰ ਲੈ ਕੇ ਪਹੁੰਚ ਰਿਹਾ। ਉਹ ਕਹਿੰਦਾ ਸਰ ਮੈਂ ਜਨਰੇਟਰ ਪਾ ਕੇ ਅੱਧੇ ਪੌਣੇ ਘੰਟੇ ਪਹੁੰਚ ਰਿਹਾ। ਮੈਂ ਕਿਹਾ ਮੇਰਾ 180 ਕਿਲੋ ਵਾਟ ਦਾ ਜਨਰੇਟਰ, ਦੇਖੋ ਬੜੇ ਤੋਂ ਬੜਾ ਕਿਹੜਾ। ਕਹਿੰਦਾ 125 ਕਿਲੋ ਵਾਟ ਦਾ, ਕੋਈ ਗੱਲ ਨਹੀਂ, ਮੈਂ ਅੱਧੇ ਯੂਨਿਟ ਨੇ ਜਿਹੜੇ 62 ਟਨ ਤੇ ਪਾਤੇ ਨੇ, ਤੂੰ 125 ਵਾਲਾ ਲੈ ਕੇ ਪਹੁੰਚ। ਇਹ ਮੈਨੂੰ ਭਾਜੀ ਉਹ ਨਹੀਂ ਕਹਿੰਦੇ, ਕਹਿੰਦਾ ਤੂੰ ਇੱਧਰ ਆ, ਇੱਧਰ ਤੈਨੂੰ ਮੈਂ ਦੱਸਦਾ। ਕਹਿੰਦਾ ਤੂੰ ਜੇ ਕਿਤੇ ਗਿਆ, ਚਲੋ ਗਰਮੀ ਦੇ ਮਾਹੌਲ 'ਚ ਉਹਨਾਂ ਨੂੰ ਵੀ ਗਰਮੀ ਸੀ ਅਤੇ ਜਵਾਬ ਤੁਹਾਡਾ ਦੇਣਾ ਮਿਸਬਿਹੇਵ ਕਰਨਾ ਨਹੀਂ ਬਣਦਾ ਸੀ ਜੋ ਉਹ ਨਹੀਂ ਗਿਆ। ਸਰ ਜੇ ਮੈਂ ਉਹਨਾਂ ਦੀ ਗੱਲ ਤੇ ਕੁਝ ਬੋਲਦਾ ਹੁੰਦਾ ਮੈਂ ਭੱਜ ਜਾਗਾ ਤਾਂ ਮੈਂ ਲੜਨ ਨੂੰ ਉਰੇ ਬੈਠਾ ਹੁੰਦਾ। ਤੁਸੀਂ ਇਹਨਾਂ ਦੇ ਨਾਲ ਗੱਲ ਕੀਤੀ ਸੀ ਕਿ ਜੀ ਕਿ ਅਸੀਂ ਜਿਹੜਾ ਏਸੀ ਤੁਹਾਨੂੰ ਚਲਾ ਕੇ ਦੇਵਾਂਗੇ ਪਹਿਲਾਂ ਸਵੇਰ? ਜੀ ਬਿਲਕੁਲ ਸਰ, ਏਸੀ ਚੱਲਦਾ ਪਿਆ ਸੀ, ਜਿਹੜੇ ਰੂਮ ਦੀ ਇਹ ਗੱਲ ਕਰ ਰਹੇ ਨੇ ਅਸੀਂ ਰੂਮ ਦੇ ਏਸੀ ਸਵੇਰੀ ਬਟਨ ਦੱਬ ਦਿੰਦੇ ਹਾਂ, ਉੱਥੇ ਬਟਨ ਹੈ, ਕਿਸੇ ਨੂੰ ਨਹੀਂ ਪਤਾ ਲੱਗਿਆ, ਉਹਨਾਂ ਨੇ ਬਟਨ ਬੰਦ ਕਰਤਾ, ਨਾ ਮੇਕੋ ਉਰੇ ਮੈਸੇਜ ਪਹੁੰਚਿਆ ਨਾਲ ਦੀ ਨਾਲ ਏਸੀ ਵਾਲਾ ਮੁੰਡਾ ਗਿਆ, ਤੁਸੀਂ ਹੁਣ ਵੀ ਜਾ ਕੇ ਦੇਖੋ। ਪਰ ਜਦੋਂ ਅਸੀਂ ਆਏ ਹੈਗੇ ਹਾਂ ਤਾਂ ਉਸ ਵੇਲੇ ਤੇ ਸਭ ਕੋ ਬੰਦ ਸੀ, ਤੁਹਾਡੇ ਇਸ ਦਫ਼ਤਰ ਵਿੱਚ ਆਏ ਹਾਂ, ਤੁਹਾਨੂੰ ਜਦੋਂ ਫੋਨ ਕੀਤਾ, ਜਦੋਂ ਤੁਹਾਨੂੰ ਫੋਨ ਕੀਤਾ ਉਸ ਵੇਲੇ ਇਹ ਦਫ਼ਤਰ ਦੀ ਵੀ ਲਾਈਟ ਉਸ ਵੇਲੇ ਚੱਲੀ ਆ, ਇਹਦੇ ਪਿੱਛੇ ਕੀ ਕਹਿਣਾ ਚਾਹੋਗੇ? ਦਫ਼ਤਰ ਦੀ ਲਾਈਟ ਤਾਂ ਸਭ ਚੱਲਦੀ ਪਈ ਹੈ। ਬਿਲਕੁਲ, ਅਸੀਂ ਮੀਡੀਆ ਵਾਲੇ ਇੱਥੇ ਸੀਗੇ, ਬੰਦ ਸੀ, 15 ਮਿੰਟ ਖੜੇ ਰਹੇ ਹਾਂ। ਲਾਈਟ ਦਾ ਹਾਲ ਦੀ ਲਾਈਟ ਦੇ ਨਾਲ ਨੋ ਕਨੈਕਸ਼ਨ ਸਾਡੇ ਕੋਲ ਹਾਲ ਦੇ ਵਿੱਚ। 15 ਮਿੰਟ ਬਾਅਦ ਫਿਰ ਕਿੱਥੋਂ ਚੱਲੀ ਆ ਸਰ? ਉਹ ਬਿਜਲੀ ਬੋਰਡ ਨੂੰ ਪਤਾ ਹੋਣਾ, ਕਿਉਂਕਿ ਅਸੀਂ ਹਾਲ ਦੇ ਵਿੱਚੋਂ, ਮਤਲਬ ਦਫ਼ਤਰ ਦੇ ਵਿੱਚੋਂ ਅਸੀਂ ਹਾਲ ਦੇ ਵਿੱਚ ਨਾ ਤਾਂ ਲਾਈਟ ਦੇ ਸਕਦੇ ਹਾਂ, ਨਾ ਅਸੀਂ ਦਿੱਤੀ ਗਈ ਹੈ। ਸਾਡਾ ਜਿਹੜਾ ਹਾਲ ਆ ਸਿਰਫ ਜਨਰੇਟਰ ਦੇ ਚੱਲਦਾ, ਉਹਦਾ 40 ਕਿਲੋ ਵਾਟ ਦਾ ਜਨਰੇਟਰ ਅਲੱਗ ਚੱਲ ਰਿਹਾ, ਇੱਕ 62 ਵਾਲਾ ਅਲੱਗ ਚੱਲ ਰਿਹਾ, ਇੱਕ 120 ਨਹੀਂ ਕੀ ਦੇਖੋ ਜਦੋਂ ਕੋਈ ਮੈਰਿਜ ਕਰਦਾ ਤੁਹਾਨੂੰ। ਇੱਕ ਵਾਰੀ ਤੁਸੀਂ ਸਟੇਜ 'ਤੇ ਆ ਕੇ ਸਾਡਾ ਮੈਨੇਜਰ ਕੰਟੈਕਟ ਤਾਂ ਕਰੇ, ਸਾਡੇ ਨੂੰ ਕੋਈ ਨਹੀਂ ਮਿਲਿਆ ਜੀ ਉੱਥੇ। ਏਸੀ ਆਪਣੇ ਏਸੀ ਸਾਰੇ ਬੰਦ, ਸਭ ਤੋਂ ਬੰਦ ਭਾਜੀ। 20% ਸਾਡਾ ਫੂਡ ਲੋਕਾਂ ਨੇ ਖਾਧਾ, ਬਾਕੀ 80% ਸਾਨੂੰ ਸਿੱਟਣਾ ਪੈਣਾ, ਠੀਕ ਹੈ ਨਾ? ਆਹ ਕੁੜੀ ਦਾ ਫਾਦਰ ਆ, ਠੀਕ ਹੈ, ਇਹਨਾਂ ਦੇ ਦਿਲ 'ਤੇ ਭਾਅ ਜੀ ਕਿਆ ਬੀਤੀ ਹੋਊਗੀ? ਜੇ ਤੁਹਾਡਾ ਇੱਕ ਜਨਰੇਟਰ ਭਾਅ ਜੀ ਖਰਾਬ ਹੋ ਗਿਆ ਤੁਹਾਨੂੰ ਬੈਕਅਪ ਨਹੀਂ ਚਾਹੀਦਾ? ਕਿੱਥੇ ਚੱਲਦਾ ਏ ਸੀ? ਮੇਨ ਪ੍ਰੋਬਲਮ ਇਹ ਆ ਜੀ, ਫਿਰ ਅਸੀਂ ਉੱਥੇ ਡੀਜ਼ਲ ਤੇ ਜਾ ਕੇ ਉਦੋਂ ਉਹਨਾਂ ਨੇ ਸਾਡਾ ਏ ਸੀ ਚਲਾ ਦਿੱਤਾ ਜੀ, ਫਿਰ ਸਾਡਾ ਏ ਸੀ ਬੰਦ ਹੋ ਗਿਆ। ਮੈਂ ਫਿਰ ਇਹਨਾਂ ਕੋਲ ਗਿਆ ਜੀ, ਕਹਿੰਦੇ ਹੁਣ ਚੱਲ ਪਊਗਾ, ਠੀਕ ਹੈ ਜੀ, ਫਿਰ ਇਹਨਾਂ ਨੇ ਚਲਾ ਦਿੱਤਾ ਜੀ। ਥੋੜ੍ਹੀ ਕੁ ਦੇਰ ਬਾਅਦ ਸਾਰਾ ਅੰਦਰੋਂ ਹਾਲ ਦਾ ਜਿੰਨਾ ਕੂਲਿੰਗ ਸਿਸਟਮ ਸਾਰਾ ਬੰਦ ਹੋ ਗਿਆ ਜੀ। ਅੱਛਾ, ਜਿੰਨੇ ਪਸੀਨੋ ਪਸੀਨੀ ਪਸੀਨ ਸਾਰਾ ਕੁਛ। ਫਿਰ ਇਹਨਾਂ ਨੂੰ ਮੈਂ ਲੈ ਕੇ ਆ, ਮੈਂ ਕਿਹਾ ਇੱਦਾਂ ਦਾ ਕਰਕੇ ਗੱਲ ਵਾ ਜੀ, ਇਹ ਕਹਿੰਦੇ ਭਾਅ ਜੀ ਹੋ ਜੂਗਾ, ਅਸੀਂ ਪਿਆਰ ਨਾਲ ਪਹਿਲਾਂ ਡੀਲਿੰਗ ਕੀਤੀ ਜੀ, ਜਦੋਂ ਬਾਅਦ 'ਚੋਂ ਇਹਨਾਂ ਨੇ ਸਾਡੀ ਗੱਲ ਨਹੀਂ ਗੋਲੀ, ਇੱਦਾਂ ਦਫ਼ਤਰ ਨੂੰ ਆ ਗਏ ਜੀ, ਇਹ ਫੋਨ 'ਤੇ ਲੱਗੇ ਉਹਦੀ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਸਰ ਸਾਡੀ ਗੱਲ ਸੁਣੋ, ਸਾਰੇ ਬੰਦਿਆਂ ਦੇ ਵਿੱਚ ਇਹਨਾਂ ਨਾਲ ਸਾਡਾ, ਇਹਨਾਂ ਨੇ ਇਹ ਨਹੀਂ ਵੀ ਕਿਹਾ ਵੀ ਹਾਂ ਮੇਰੀ ਗਲਤੀ ਆ, ਇਹ ਸਾਡੇ ਮੂਹਰੇ ਝੁਕੇ ਨਹੀਂ ਹੈਗੇ। ਚਲੋ ਇਹ ਐਵੇਂ ਨੋਰਮਲ ਹੀ ਗੱਲ ਵਾ, ਜਿਹੜੀ ਆ ਏ ਸੀ ਯੂਸੀ ਵਾਲੀਆਂ ਨਾ, ਚਲੋ ਗੱਲਾਂ ਭੁੱਲ ਜਾਂਦੀਆਂ।
ਜਿਹੜੀ ਇਹਨਾਂ ਨੇ ਸਾਡੇ ਨਾਲ ਮਿਸਬਿਹੇਵ ਕੀਤੀ ਹੈ ਨਾ, ਕਹਿੰਦੇ ਆ ਜਾਓ ਮੈਨੂੰ ਮਾਰ ਦਿਓ, ਫਲਾਨਾ ਕਰ ਦਿਓ, ਧਿਮਕੜਾ ਕਰ ਦਿਓ, ਉਹ ਗੱਲਾਂ ਸਾਨੂੰ ਚੁੱਭਦੀਆਂ। ਤੁਹਾਡਾ ਕਹਿਣ ਦਾ ਮਤਲਬ ਹੈ ਉਹ ਤਾਂ ਜੋ ਉਹ ਤਾਂ ਐਵੇਂ ਨੋਰਮਲ ਗੱਲਾਂ ਸੀ, ਕੱਦੂ ਕਰਦੇ ਜੂਨ ਦੇ ਮਹੀਨੇ ਚ, ਇਹਨਾਂ ਨੇ ਮਿਸਬਿਹੇਵ ਕੀਤਾ, ਮਿਸਬਿਹੇਵ ਕੀਤਾ ਸੀ, ਹੁਣ ਕੱਦੂ ਕਰਦੇ ਕਿੰਨੀ ਗਰਮੀ ਹੁੰਦੀ ਆ। ਅੱਛਾ ਏਸੀ ਵਿੱਚ ਕੀਤਾ ਆ ਉਸ, ਸਭ ਕੁਝ ਕੀਤਾ ਜੀ ਇਹਨਾਂ ਨੇ, ਪੈਸੇ ਜੋ ਸਾਰਾ ਕੁਝ ਕੁੜੀ ਵਾਲੇ ਨੇ ਕੀਤਾ, ਸਾਰਾ ਕੁਝ ਇਹਨਾਂ ਨੇ ਕੀਤਾ ਵਿੱਚ। ਚਲੋ